ਅੱਖਿਆ ਜਦੋਂ ਤੁਸੀਂ ਵਿਖ ਸੋ ਤੇ ਉਡਾਂਦੇ ਚਿਹਰਿਆਂ ਤੋਂ ਸਜਦਿਆਂ ਦੇ ਆਸਾਰ ਨਜ਼ਰ ਹੋ ਸਰ ਚਿਹਰਿਆਂ ਤੇ ਨੂਰ ਹੋ ਸੀ ਸਜਦਿਆਂ ਦੇ ਆਸਰ ਜਿਹੜੇ ਨਾ ਹੋ ਉਹਨਾਂ ਦੇ ਚਿਹਰਿਆਂ ਤੋਂ ਝਲਕ ਰਹੇ ਹੋ ਸਰ ਜ਼ਾਲਿਕਾ ਮਸਲਹੁਮ ਫਿ ਤੌਰਾਤ ਇਹ ਗੱਲਾਂ ਸਿਰਫ ਕੁਰਾਨ ਨੇ ਦੱਸੀਆਂ ਇਹ ਉਹਨਾਂ ਦੀਆਂ ਸ਼ਾਨਾਂ ਉਹ ਹਜ਼ੂਰ ਦੇ ਸਾਹਬਾਂ ਦੀਆਂ ਸ਼ਾਨਾਂ ਤੌਰਾਤ ਵਿੱਚ ਵੀ ਮੌਜੂਦ ਹਨ ਵਾ ਮਸਲਹੁਮ ਫਿ ਇੰਜੀਲ ਤੇ ਇੰਜੀਲ ਵਿੱਚ ਵੀ ਮੌਜੂਦ ਹੈ ਅੱਛਾ ਤੌਰਾਤ ਪਹਿਲੇ ਆਈ ਹੈ ਜਾਂ ਕੁਰਾਨ ਪਹਿਲੇ ਆਇਆ ਤੌਰਾਤ ਪਹਿਲੇ ਆਈ ਇੰਜੀਲ ਪਹਿਲੇ ਆਈ ਜ਼ਬੂਰ ਪਹਿਲੇ ਕੁਰਾਨ ਬਾਅਦ ਵਿੱਚ ਆਇਆ ਦਾਊਦ ਅਲੈਹਿ ਸਲਾਮ ਤੇ ਆਈ ਜ਼ਬੂਰ ਇਹਦਾ ਮਤਲਬ ਦਾਊਦ ਅਲੈਹਿ ਸਲਾਮ ਦੇ ਸਾਹਬਾਂ ਵੀ ਪਹਿਲੇ ਗੁਜ਼ਰ ਗਏ ਮੂਸਾ ਅਲੈਹਿ ਸਲਾਮ ਤੇ ਉਤਰੀ ਤੌਰਾਤ ਮੂਸਾ ਅਲੈਹਿ ਸਲਾਮ ਦੇ ਸਾਹਬਾਂ ਵੀ ਪਹਿਲੇ ਗੁਜ਼ਰ ਗਏ ਈਸਾ ਅਲੈਹਿ ਸਲਾਮ ਤੇ ਉਤਰੀ ਇੰਜੀਲ ਈਸਾ ਅਲੈਹਿ ਸਲਾਮ ਦੇ ਸਾਹਬਾਂ ਵੀ ਪਹਿਲੇ ਗੁਜ਼ਰ ਗਏ ਹਜ਼ੂਰ ਦੇ ਸਾਹਬਾਂ ਤੇ ਆਏ ਸਦੀਆਂ ਬਾਅਦ ਇਹਨਾਂ ਤੋਂ ਮਗਰ ਹਜ਼ੂਰ ਦੇ ਸਾਹਬਾਂ ਦੀਆਂ ਸ਼ਾਨਾਂ ਉਹਨਾਂ ਕਿਤਾਬਾਂ 'ਚ ਲਿਖੀਆਂ ਜਿਹੜੀਆਂ ਸਦੀਆਂ ਪਹਿਲੇ ਅੱਲਾ ਨੇ ਦੇਣੀਆਂ ਤੁਸੀਂ ਅਜੇ ਤੱਕ ਗੌਰ ਨਹੀਂ ਕੀਤਾ ਪਰ ਜਿਨ੍ਹਾਂ ਦੀਆਂ ਸ਼ਾਨਾਂ ਅੱਲਾ ਕੁਰਾਨ ਦੇ ਉਤਰਨ ਤੋਂ ਰਸੂਲullah ਦੀ ਆਮਦ ਤੋਂ ਪਹਿਲੇ ਤੌਰਾਤ ਜ਼ਬੂਰ ਇੰਜੀਲ ਵਿੱਚ ਬਿਆਨ ਕਰ ਛੋੜੀਆਂ ਅਗਰ ਉਹ ਮਾਸ ਅੱਲਾ ਇਤਨੇ ਹੀ ਦਿਲ ਦੇ ਠੀਕ ਨਹੀਂ ਆਣ ਤੇ ਅੱਲਾ ਪਹਿਲੀਆਂ ਕਿਤਾਬਾਂ 'ਚ ਕਿਉਂ ਲਿਖੀ ਰੱਖਿਆ ਅੱਲਾ ਦੇ ਇਲਮੇ ਪਾਕ ਦੇ ਵਿੱਚ ਆਈ ਕਿ ਮੈਂ ਆਪਣੇ ਨਬੀ ਨੂੰ ਫਲਾਂ ਫਲਾਂ ਸਹਾਬਾ ਅਤਾ ਕਰਨਾ ਫਲਾਂ ਫਲਾਂ ਗੁਲਾਮ ਮੇਰੇ ਮੁਸਤਫਾ ਦੇ ਹੋਣੇ ਇਸੇ ਵਜ੍ਹਾ ਨੂੰ ਤਾਂ ਉਹਨਾਂ ਦੀਆਂ ਸ਼ਾਨਾਂ ਪਹਿਲੇ ਲਿਖ ਰਹੇ ਹੈ ਤੇ ਜਿਨ੍ਹਾਂ ਨੂੰ ਅੱਲਾ ਪਾਕ ਨੇ ਆਪਣੀਆਂ ਪਹਿਲੀਆਂ ਕਿਤਾਬਾਂ 'ਚ ਲਿਖੇ ਹੋਏ ਉਹ ਮਾਜ਼ ਅੱਲਾ ਨੀਅਤ ਤੇ ਖਰਾਬ ਨਹੀਂ ਹੋ ਸਕਦੇ ਦਿਲ ਜਾਨ ਮੁਸਤਫਾ ਤੋਂ ਕੁਰਬਾਨ ਕਰਨ ਵਾਲੇ ਹੋ ਸਕਦੇ ਔਰ ਉਹਨਾਂ ਨੇ ਕੁਰਬਾਨ ਕੀਤਾ ਵੀ ਸੀ ਘਰ ਬਾਰ ਛੱਡੇ ਔਲਾਦਾਂ ਛੱਡੀਆਂ ਰਿਸ਼ਤੇਦਾਰੀਆਂ ਛੱਡੀਆਂ ਸਭ ਕੁਛ ਕੁਰਬਾਨ ਕੀਤਾ ਹਜ਼ੂਰ ਅਸਲਾ ਸਲਾਮ ਕੋ ਸਾਨੂੰ ਕਿਤਨੀ ਕਮੀਨ ਨਹੀਂ ਸਮਝ ਆਈ ਅਸੀਂ ਆਪਣੇ ਛੋਟੇ ਛੋਟੇ ਮਫਾਦਾਤ ਵੀ ਦੀਨ ਤੋਂ ਕੁਰਬਾਨ ਨਹੀਂ ਕਰ ਸਕਦੇ ਛੋਟੇ ਛੋਟੇ ਦੁਨੀਆਂ 'ਚ ਹੋ ਸਕਦਾ ਹੈ ਲੋਕਾਂ ਨੂੰ ਆਪਣੇ ਵਕਤ ਦੀ ਅਹਿਮੀਅਤ ਦਾ ਅਹਿਸਾਸ ਹੋਵੇ ਪਾਕਿਸਤਾਨ ਵਾਲਿਆਂ ਨੂੰ ਦੇਖਣ ਵਾਲੇ ਹੀ ਕੋਈ ਨਹੀਂ ਘਬਰਾਹਟ ਹੋ ਅਸੀਂ ਵਿਹਲੀ ਜੀ ਕੌਮ ਹੈ ਇੱਕ ਕਮਾ ਰਹੇ ਆ ਤੇ ਧਾ ਬੰਦੇ ਖਾ ਰਹੇ ਤੇ ਜਿਹੜਾ ਵਿਹਲੇ ਬਹਿ ਕੇ ਖਾ ਰਹੇ ਨਾ ਉਹ ਜਿਹੜਾ ਕਮਾਉਣ ਵਾਲਾ ਹੈ ਉਹ ਰੋਣਾ ਦਿਨ ਤੋਂ ਸਾਡੀ ਭਰੋੜਤਾ ਹੀ ਕੀਤਾ ਕੀ ਹੈ ਬਾਪ ਰੋਦਾ ਉਹਦਾ ਦੌਲਾਦ ਦਾ ਤਾਂ ਸਾਡੀ ਭਰੋੜ ਕਰਕੇ ਕੀ ਕੀ ਹੈ ਕਮਾ ਕੇ ਕੀ ਕੀ ਹੈ ਇੱਕ ਹਿਸਾਬ ਨਾਲ ਤਾਂ ਉਹਨਾਂ ਦੀ ਸੱਚੀ ਗੱਲ ਹੈ ਜੇ ਇਹਨਾਂ ਨੂੰ ਦੀਨ ਦੇ ਕੇ ਜਾਂਦਾ ਤਾਂ ਕਦੀ ਇਹ ਗੱਲ ਨਾ ਕਰਦਾ ਜਦੋਂ ਦੀਨ ਸਿਖਾਏ ਨਹੀਂ ਔਰ ਵਾਲਿਦੈਨ ਨੇ ਤੇ ਫਿਰ ਔਲਾਦ ਵਾਸਤੇ ਤੁਸੀਂ ਕਿਤਨਾ ਕਰ ਲਓ ਤੇ ਮਾਂ ਜਿਹੜਾ ਇਸ ਤੋਂ ਤੇ ਬੰਦਾ ਰੱਜਦਾ ਹੀ ਨਹੀਂ ਕਦੀ ਵੈਰੁ ਲਿਕੁਲਿ ਹਮਜ਼ਤਿ ਲਮਜ਼ਤਿ ਲਿਲਜ਼ਿ ਜਮਾ ਮਾਲ ਮਾਤਦ ਯਹਸਬੁ ਅਨ ਮਾਲਹੁ ਅਖਲਦ ਇਹ ਮਾਲ ਦੀ ਤੇ ਹਿਰਸ ਹੀ ਐਸੀ ਹੈ ਇਹ ਮੁੱਕਦਾ ਹੀ ਨਹੀਂ ਇਸ ਵਾਸਤੇ ਉਹ ਦਿਨ ਤੋਂ ਫਲਾਣੇ ਕੋਲ ਗਿਆ ਤੇ ਆਇਆ ਸਾਡਾ ਪਿਓ ਸਾਡੇ ਵਾਸਤੇ ਕੀ ਛੱਡ ਕੇ ਗਿਆ ਜੇ ਬਾਪ ਦੀਨ ਸਿਖਾ ਕੇ ਜਾਂਦਾ ਤੇ ਕਦੀ ਇਹ ਨਾ ਹੁੰਦਾ ਲੇਕਿਨ ਅਸੀਂ ਤੇ ਵਿਹਲੀ ਕੌਮ ਹੈ ਥੜਿਆਂ ਦੇ ਚੌਕਾਂ ਚ